ਸਾਨੂੰ ਤੁਹਾਡੇ ਸਾਥ ਦੀ ਲੋੜ ਹੈ। SHHG ਕੇਅਰ ਸੈਂਟਰ ਮਦਨਹੇੜੀ ਨੇੜੇ ਖਰੜ ਮੋਹਾਲੀ ਦੇ ਵਿੱਚ ਖੜ੍ਹੇ ਹਾਂ ਔਰ ਸਾਨੂੰ ਸੇਵਾਵਾਂ ਲਗਾਤਾਰ ਚੱਲ ਰਹੀਆਂ ਨੇ। ਮਤਲਬ ਜਿੱਦਾਂ ਹੁਣ ਮੈਂ ਆਹ ਵਾਲੀ ਲੱਤ ਹੈ ਨਾ ਮੇਰੀ, ਹਾਂ, ਮੈਂ ਆਪਣੇ ਆਪ ਨੀਚੇ ਤਾਰ ਲਈ। ਅੱਛਾ, ਪਹਿਲਾਂ ਮੈਨੂੰ ਇਹ ਇਦਾਂ ਚੱਕ ਕੇ ਤਾਰਨੀ ਪੈਂਦੀ ਸੀ, ਹੁਣ ਆਪਣੇ ਆਪ ਤਾਰ ਲੈਂਦੇ? ਹਾਂਜੀ, ਮੈਂ ਆਪਣੇ ਆਪ ਤਾਰ ਲੈਂਦੀ ਹਾਂ ਤੇ ਆਪਣੇ ਆਪ ਇਦਾਂ ਖੜੀ ਹੋ ਜਾਂਦੀ। ਆਹ ਦੇਖੋ ਬਿਲਕੁਲ ਇਦਾਂ ਮੈਨੂੰ ਉਠਾਉਣਾ ਪੈਂਦਾ ਸੀਗਾ ਬਿਲਕੁਲ ਹੀ। ਮਤਲਬ ਮੈਂ ਜਿੱਦਾਂ ਬੈਠੀ ਨਾ, ਮੈਂ ਇੱਕਦਮ ਡਿੱਗਦੀ ਸੀ ਨੀਚੇ। ਮੇਰੇ ਇਸ ਸਾਈਡ 'ਚ ਬਿਲਕੁਲ ਵੀ ਜ਼ੋਰ ਨਹੀਂ ਸੀਗਾ। ਮਤਲਬ ਹੁਣ ਮੈਂ ਆਰਾਮ ਨਾਲ ਬੈਠ ਜਾਂਦੀ ਹਾਂ, ਆਰਾਮ ਨਾਲ ਉੱਠ ਵੀ ਆਪੀ ਜਾਂਦੀ। ਹਸਬੈਂਡ ਔਰ ਮੈਂ ਦੋਨੋਂ ਹੈਂਡੀਕੈਪਟਡ ਹਾਂ, ਕਮਾਉਂਦੀ ਮੈਂ ਸੀਗੀ ਬਟ ਮੈਂ ਹੀ ਬੈਠ ਗਈ ਤੇ ਉਹ ਤਾਂ ਹੋਣਾ ਹੀ ਸੀਗਾ। ਮੈਂ ਫਿਰ ਮਤਲਬ ਸਰੀਰਕ ਰੂਪ ਤੇ ਥੋੜ੍ਹੇ ਜਿਹੇ ਘੱਟ ਹੋ ਸਕਦੇ ਹੋ, ਲੇਕਿਨ ਜਦ ਦਿਮਾਗੀ ਤੌਰ ਤੇ ਬੰਦਾ ਹਾਰਦਾ ਨਾ, ਹੈਂਡੀਕੈਪ ਬੰਦਾ ਉੱਥੇ ਉਸ ਉਦੋਂ ਹੁੰਦਾ। ਸਭ ਤੋਂ ਵੱਡੀ ਗੱਲ ਆ ਵੀਰ ਜੀ, ਮਤਲਬ ਆਪਾਂ ਘਰੇ ਪਈਏ ਹੋਈਏ ਨਾ, ਨਾ ਸਾਡੇ ਹਸਬੈਂਡ ਕੋਲ ਇੰਨਾ ਟਾਈਮ ਹੈ ਕਿ ਸਾਡੇ ਕੋਲ ਹਰ ਟਾਈਮ ਬੈਠ ਸਕੇ, ਨਾ ਸਾਡੇ ਬੱਚਿਆਂ ਕੋਲ ਇੰਨਾ ਟਾਈਮ ਹੈ ਕਿ ਉਹ ਸਾਡੇ ਨਾਲ ਹਰ ਟਾਈਮ ਬੈਠ ਸਕੇ। ਬਟ ਇੱਥੇ ਹੁਣ ਹੁੰਦਾ ਕਿ ਅਸੀਂ ਆਪਣਾ ਆਮ ਨਾਲ ਮਿਲ ਕੇ ਟਾਈਮ ਮਤਲਬ ਸਾਡਾ ਬਹੁਤ ਵਧੀਆ ਸਪੈਂਡ ਹੁੰਦਾ, ਮੈਂਟਲੀ ਸਟ੍ਰੈਸ ਬਹੁਤ ਦੂਰ ਹੁੰਦੀ ਆ। ਮੇਰੇ 'ਚੋਂ ਬਾਹਰ ਨਿਕਲ ਕੇ ਕਰਨ ਨਾ ਬਾਰੇ ਸੋਚ ਵੀ ਨਹੀਂ ਸੀ ਸਕਦੇ ਕਿ ਅਸੀਂ ਤਾਂ ਸਰ ਸਿਰਫ ਬਾਲੇ ਹੀ ਗਿਣ ਸਕਦੇ ਸੀਗੇ ਪਏ। ਅਤੇ ਮਤਲਬ ਇਹ ਸੰਸਥਾ ਨੇ ਸਾਨੂੰ ਮਤਲਬ ਇਹਨਾਂ ਨੂੰ ਕੁਛ ਵੀ ਨਹੀਂ ਲੈਣਾ ਸਾਥੋਂ, ਤੁਸੀਂ ਕੁਛ ਵੀ ਨਹੀਂ ਲੈਣਾ ਸਾਥੋਂ, ਫਿਰ ਵੀ ਤੁਸੀਂ ਸਾਡੇ ਇੰਜੋਇਮੈਂਟ ਦਾ ਸਾਡੀ ਲਾਈਫ ਦਾ ਇੰਨਾ ਧਿਆਨ ਰੱਖ ਰਹੇ ਹਾਂ, ਪ੍ਰਮਾਤਮਾ ਤੁਹਾਨੂੰ ਰਾਜ਼ੀ ਰੱਖੇ। ਗੁਰੂ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ। SHHG ਕੇਅਰ ਸੈਂਟਰ ਮਦਨਹੇੜੀ ਨੇੜੇ ਖਰੜ ਮੋਹਾਲੀ ਦੇ ਵਿੱਚ ਖੜ੍ਹੇ ਹਾਂ ਔਰ ਸਾਨੂੰ ਸੇਵਾਵਾਂ ਲਗਾਤਾਰ ਚੱਲ ਰਹੀਆਂ ਨੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਕਿਵੇਂ ਸੇਵਾ ਚੱਲ ਰਹੀ? ਕੱਲ੍ਹ ਮੈਂ ਤੁਹਾਨੂੰ ਦੇਖ ਰਿਹਾ ਸੀ ਉੱਪਰ, ਕਾਫੀ ਕੁਛ ਕਰ ਰਹੇ ਸੀਗੇ ਉੱਥੇ, ਤੇ ਕਿਵੇਂ ਤੁਹਾਡੇ ਇੰਪਰੂਵਮੈਂਟ ਕਿਵੇਂ? ਸਹੀ ਸੀ ਦੱਸਿਓ। ਮੇਰੀ ਇੰਪਰੂਵਮੈਂਟ ਥੋੜ੍ਹੀ ਰੁਕੀ ਹੋਈ ਹੈ ਕਿਉਂਕਿ ਮੇਰੇ ਨਾ ਲੱਤ ਦੇ ਵਿੱਚ 2-2.5 ਇੰਚ ਦਾ ਫਰਕ ਹੈ। ਹਾਂ ਠੀਕ ਹੈ, ਮੈਨੂੰ ਦੱਸ ਰਹੇ ਸੀ ਡਾਕਟਰ ਸਾਹਿਬ ਨੇ, ਬਾਕੀ ਸਾਰਾ ਠੀਕ ਆ। ਉਹ ਤੋਂ ਬਾਅਦ ਵਾਲੀ ਐਕਸਰਸਾਈਜ਼ ਰਹਿ ਗਈ ਮੇਰੀ। ਓਕੇ, ਉਹ ਮਤਲਬ ਸਟੇਬਿਲਿਟੀ ਹੋਊਗੀ ਦੋਨੇ ਲੱਤਾਂ ਦੀ ਬਰਾਬਰ, ਫਿਰ ਉਸ ਤੋਂ ਬਾਅਦ ਜਿਹੜੀ ਐਕਸਰਸਾਈਜ਼ ਸ਼ੁਰੂ ਹੋਊਗੀ ਉਹਦੇ ਨਾਲ ਮੇਰਾ ਚੱਲਣ ਦਾ ਪ੍ਰੋਸੈਸ ਚੱਲੂਗਾ। ਬਾਕੀ ਮੈਂ ਨੋਰਮਲ ਹਾਂ। ਬਾਕੀ ਨੋਰਮਲ ਹਾਂ। ਹਾਂਜੀ, ਮੈਂ ਜਿੱਦਾਂ ਮੰਨ ਲਓ ਪਹਿਲਾਂ ਮੈਂ ਬਾਥਰੂਮ ਇਕੱਲੀ ਨਹੀਂ ਸੀ ਜਾ ਸਕਦੀ, ਮੈਂ ਜਾ ਸਕਦੀ ਹਾਂ। ਨਹੀਂ ਮੈਨੂੰ ਦੱਸੋ, ਇਹ ਕਿੰਨੇ ਸਾਲ ਬਾਅਦ ਤੁਸੀਂ ਇਹ ਬਾਥਰੂਮ ਇਕੱਲੇ ਗਏ ਹੋ? ਪਹਿਲਾਂ ਤੁਸੀਂ ਕਿੰਨੇ ਸਾਲ ਤੁਸੀਂ ਬਾਥਰੂਮ ਇਕੱਲੇ ਨਹੀਂ ਗਏ? 1.5 ਸਾਲ। 1.5 ਸਾਲ? ਹਾਂਜੀ। ਹੁਣ ਤੁਸੀਂ ਇਕੱਲੇ ਵਾਸ਼ਰੂਮ ਜਾ ਸਕਦੇ? ਹਾਂਜੀ, ਮੈਂ ਨਹਾ ਲੈਂਦੀ ਹਾਂ ਇਕੱਲੀ ਇਕੱਲੀ। ਇਹ ਪਹਿਲਾਂ ਨਹੀਂ ਹੁੰਦਾ ਸੀ? ਮੈਨੂੰ ਉਠਾਉਣਾ ਪੈਂਦਾ ਸੀਗਾ ਬਿਲਕੁਲ ਹੀ। ਮਤਲਬ ਮੈਂ ਜਿੱਦਾਂ ਬੈਠੀ ਨਾ, ਮੈਂ ਇੱਕਦਮ ਡਿੱਗਦੀ ਸੀ ਨੀਚੇ। ਮੇਰੇ ਇਸ ਸਾਈਡ 'ਚ ਬਿਲਕੁਲ ਵੀ ਜ਼ੋਰ ਨਹੀਂ ਸੀਗਾ। ਮਤਲਬ ਹੁਣ ਮੈਂ ਆਰਾਮ ਨਾਲ ਬੈਠ ਜਾਂਦੀ ਹਾਂ, ਆਰਾਮ ਨਾਲ ਉੱਠ ਵੀ ਆਪੀ ਜਾਂਦੀ ਹਾਂ। ਪਹਿਲਾਂ ਤਾਂ ਮੈਨੂੰ 3-4 ਦਿਨ ਇਹਨਾਂ ਨੇ ਉਠਾਇਆ, ਫਿਰ ਉਸ ਤੋਂ ਬਾਅਦ ਹੁਣ ਮੈਂ ਆਪੀ ਉੱਠ ਜਾਂਦੀ ਹਾਂ। ਮੈਨੂੰ ਦਿਖਾਓਗੇ ਇੱਕ ਵਾਰੀ? ਹਾਂਜੀ, ਇੱਕ ਵਾਰ ਦਿਖਾਓਗੇ? ਮਤਲਬ ਜਿੱਦਾਂ ਹੁਣ ਮੈਂ ਆਹ ਵਾਲੀ ਲੱਤ ਹੈ ਨਾ ਮੇਰੀ, ਹਾਂ, ਮੈਂ ਆਪਣੇ ਆਪ ਨੀਚੇ ਤਾਰ ਲਈ। ਪਹਿਲਾਂ ਮੈਨੂੰ ਇਹ ਇਦਾਂ ਚੱਕ ਕੇ ਤਾਰਨੀ ਪੈਂਦੀ ਸੀ, ਹੁਣ ਆਪਣੇ ਆਪ ਤਾਰ ਲੈਂਦੇ? ਹਾਂਜੀ, ਮੈਂ ਆਪਣੇ ਆਪ ਤਾਰ ਲੈਂਦੀ ਹਾਂ ਤੇ ਆਪਣੇ ਆਪ ਇਦਾਂ ਖੜੀ ਹੋ ਜਾਂਦੀ। ਆਹ ਦੇਖੋ ਬਿਲਕੁਲ ਇਦਾਂ। ਲੇਕਿਨ ਜਦੋਂ ਮੈਂ ਪਹਿਲਾਂ ਉੱਠਦੀ ਸੀ ਨਾ, ਤਾਂ ਮੈਨੂੰ ਮਤਲਬ ਜਿੱਦਾਂ ਮੈਂ ਹੁਣ ਇਦਾਂ ਬੈਠੀ ਹਾਂ ਤਾਂ ਮੈਨੂੰ ਆਹ ਚੀਜ਼ਾਂ ਦਾ ਬਹੁਤ ਜ਼ਿਆਦਾ ਇਹ ਪ੍ਰੈਸ਼ਰ ਕਰਕੇ ਤੁਹਾਡਾ ਬੈਲੈਂਸ ਵੀ ਨਹੀਂ ਬਣਦਾ ਸੀ? ਨਹੀਂ ਬਿਲਕੁਲ, ਲੱਕ ਦਾ ਤਾਂ ਬਿਲਕੁਲ ਹੀ ਨਹੀਂ ਸੀਗਾ। ਅੱਛਾ, ਤੇ ਫਿਰ ਉਸ ਤੋਂ ਬਾਅਦ ਮੈਂ ਜਦੋਂ ਚੱਲਦੀ ਸੀ ਨਾ, ਮੇਰੇ ਲੱਤ 2 ਜਗ੍ਹਾ ਤੋਂ ਝਟਕਾ ਮਾਰਦੀ ਸੀ, ਇੱਕ ਲੱਕ ਤੋਂ ਤੇ ਇੱਕ ਗੋਡੇ ਤੋਂ। ਮਤਲਬ ਜਿੱਦਾਂ ਪੰਜਾਬੀ 'ਚ ਮਤਲਬ ਕਹਿੰਦੇ ਨਾ, ਇੱਦਾਂ ਕਰਕੇ ਹੋਇਆ।
ਉਹ ਚੀਜ਼ ਸੀਗੀ, ਹੁਣ ਮੈਂ ਠੀਕ ਚੱਲ। ਲੋਕਾਂ ਨੂੰ ਲੱਗਦਾ ਕਿ ਸਾਡੀ ਮੂਵਮੈਂਟ ਆ ਗਈ ਹੈ, ਉਹ ਮੂਵਮੈਂਟ ਨਹੀਂ ਹੁੰਦੀ ਨਾ, ਨਹੀਂ ਨਹੀਂ ਟਾਈਟਨੈਸ ਬਹੁਤ ਜ਼ਿਆਦਾ ਟਾਈਟਨੈਸ ਸੀਗੀ ਵੀਰ ਜੀ। ਮੈਂ ਤਾਂ ਮਤਲਬ ਇੱਦਾਂ ਲੱਗਦਾ ਸੀ ਜਿੱਦਾਂ ਮੈਨੂੰ ਇੱਥੋਂ ਕਿਸੇ ਨੇ ਫੜਿਆ ਹੋਇਆ। ਅੱਛਾ, ਹਰ ਟਾਈਮ ਮਤਲਬ ਇੱਦਾਂ ਹੀ ਰਹਿੰਦਾ ਸੀਗਾ, ਔਰ ਉਹਦੇ ਨਾਲ ਡਿਪਰੈਸ਼ਨ ਬਹੁਤ ਜ਼ਿਆਦਾ। ਭਾਜੀ ਇੱਕ ਔਰਤ ਹੋਣ ਦੇ ਨਾਤੇ ਕੋਈ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ? ਨਹੀਂ, ਕਿਉਂਕਿ ਬਹੁਤ ਸਾਰੀ ਭੈਣਾਂ ਤੁਹਾਨੂੰ ਦੇਖ ਰਹੀਆਂ ਹੋਣਗੀਆਂ, ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ, ਆਈਏ ਨਾ ਆਈਏ, ਸਿਕਿਉਰਿਟੀ ਦਾ ਇਸ਼ੂ ਹੁੰਦਾ, ਇੱਕ ਔਰਤ ਹੋਣ ਦੇ ਨਾਤੇ ਮਲ ਮੂਤਰ ਦਾ ਪਤਾ ਨਹੀਂ ਹੁੰਦਾ ਕਿ ਬਈ ਪਰੇਸ਼ਾਨੀ ਹੋਏਗੀ, ਲੋਕਾਂ ਦੇ ਮੂਹਰੇ ਹੋ ਜਾਏਗਾ, ਬੇਇੱਜ਼ਤੀ ਹੋਏਗੀ, ਉਸ ਤਰ੍ਹਾਂ ਦੇ ਕੋਈ ਵੀ ਇਸ਼ੂ ਆ ਰਹੇ ਤੁਹਾਨੂੰ? ਨਹੀਂ, ਇੱਥੇ ਜਿਹੜਾ ਲੇਡੀਜ਼ ਦਾ ਰੂਮ ਹੈ ਉਹ ਅਲੱਗ ਹੈ, ਇੱਥੇ ਜੈਂਟਸ ਮਤਲਬ ਬਹੁਤ ਘੱਟ ਆਉਂਦੇ ਆ, ਲੇਡੀਜ਼ ਕੇਅਰ ਟੇਕਰ ਰੱਖੇ ਹੋਏ ਸਾਡੇ ਲਈ। ਵੈਸੇ ਵੀ ਸਭ ਦੀ ਦਿੱਕਤ ਸੇਮ ਹੈ ਭੈਣ ਜੀ? ਹਾਂਜੀ ਹਾਂਜੀ, ਉਹ ਸਾਨੂੰ ਇੰਨਾ ਇਨਸਿਕਿਉਰਿਟੀ ਨਹੀਂ ਫੀਲ ਹੁੰਦੀ ਕਿਉਂਕਿ ਸਾਰੇ ਪੇਸ਼ੈਂਟ ਇੱਕ ਤਰ੍ਹਾਂ ਦੇ ਆ, ਮਤਲਬ ਜਿੱਦਾਂ ਹੁਣ ਆਪਾਂ ਸਹੀ ਆ, ਦੂਜੇ ਬੰਦੇ ਅੱਗੇ ਆਪਾਂ ਮਤਲਬ ਆਪਣਾ ਕਰਦੇ ਆ ਵਾਸ਼ਰੂਮ ਵਗੈਰਾ, ਤਾਂ ਆਪਾਂ ਨੂੰ ਫੀਲ ਹੁੰਦਾ ਕਿ ਸਾਡੇ 'ਚ ਨੈਗੇਟਿਵਿਟੀ ਆ ਜਾਂਦੀ ਆ, ਉਹ ਨੈਗੇਟਿਵਿਟੀ ਇੱਥੇ ਨਹੀਂ ਹੁੰਦੀ, ਪਤਾ ਸਾਰੇ ਸਾਡੇ ਵਰਗੇ ਹੀ ਆ। ਸਭ ਤੋਂ ਵੱਡੀ ਗੱਲ ਆ ਵੀਰ ਜੀ, ਮਤਲਬ ਆਪਾਂ ਘਰੇ ਪਈ ਹੋਈ ਹੈ ਨਾ, ਨਾ ਸਾਡੇ ਹਸਬੈਂਡ ਕੋਲ ਇੰਨਾ ਟਾਈਮ ਹੈ ਕਿ ਸਾਡੇ ਕੋਲ ਹਰ ਟਾਈਮ ਬੈਠ ਸਕੇ, ਨਾ ਸਾਡੇ ਬੱਚਿਆਂ ਕੋਲ ਇੰਨਾ ਟਾਈਮ ਹੈ ਕਿ ਉਹ ਸਾਡੇ ਨਾਲ ਹਰ ਟਾਈਮ ਬੈਠ ਸਕੇ, ਬਟ ਇੱਥੇ ਹੁਣ ਹੁੰਦਾ ਕਿ ਅਸੀਂ ਆਪਣਾ ਆਮ ਰਲ ਮਿਲ ਕੇ ਟਾਈਮ ਮਤਲਬ ਸਾਡਾ ਬਹੁਤ ਵਧੀਆ ਸਪੈਂਡ ਹੁੰਦਾ, ਮੈਂਟਲੀ ਸਟ੍ਰੈਸ ਬਹੁਤ ਦੂਰ ਹੁੰਦੀ ਆ, ਮਤਲਬ ਇੰਨਾ ਟਾਈਮ ਹੀ ਨਹੀਂ ਮਿਲਦਾ ਕਿ ਅਸੀਂ ਡਿਪਰੈਸ਼ਨ 'ਚ ਜਾਈਏ। ਮੈਨੂੰ ਤੁਹਾਡੇ ਕੋਲ ਹੋ ਗਿਆ 1 ਮਹੀਨਾ 6-7 ਦਿਨ ਹੋ ਗਏ, ਕਿਤੇ ਨਾ ਕਿਤੇ ਇਸ ਤੋਂ ਇੱਥੇ ਆਉਣ ਤੋਂ ਪਹਿਲਾਂ ਡਿਪਰੈਸ਼ਨ ਵੀ ਸੀਗਾ, ਹਾਰੇ ਵੀ ਹੋਈ ਸੀ ਬਹੁਤ ਜ਼ਿਆਦਾ। ਮੈਂ ਬਿਲਕੁਲ ਹੀ ਮੈਂ ਇਹ ਚੀਜ਼ ਉਹ ਕਰ ਚੁੱਕੀ ਸੀਗੀ ਕਿ ਮੈਂ ਠੀਕ ਹੋਣਾ ਹੀ ਨਹੀਂ। ਹਾਂਜੀ ਬਿਲਕੁਲ, ਕਿਉਂਕਿ ਮੈਂ ਮਤਲਬ ਦੇਖੋ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਫਾਈਨੈਂਸ਼ਲੀ ਸੀਗੀ। ਹਾਂਜੀ, ਮੇਰੇ ਹਸਬੈਂਡ ਔਰ ਮੈਂ ਦੋਨੋਂ ਹੈਂਡੀਕੈਪਟਡ ਹਾਂ, ਕਮਾਉਂਦੀ ਮੈਂ ਸੀਗੀ ਬਟ ਮੈਂ ਹੀ ਬੈਠ ਗਈ, ਤੇ ਉਹ ਤਾਂ ਹੋਣਾ ਹੀ ਸੀਗਾ। ਮੈਂ ਫਿਰ ਮਤਲਬ ਹੈਂਡੀਕੈਪ ਹੈ ਜੀ, ਸਰੀਰਕ ਰੂਪ ਤੇ ਥੋੜਾ ਜਿਹਾ ਘੱਟ ਹੋ ਸਕਦੇ ਹੋ, ਲੇਕਿਨ ਜਦ ਦਿਮਾਗੀ ਤੌਰ ਤੇ ਬੰਦਾ ਹਾਰਦਾ ਨਾ, ਹੈਂਡੀਕੈਪ ਬੰਦਾ ਉੱਥੇ ਉਸ ਉਦੋਂ ਹੁੰਦਾ। ਵੀਰ ਜੀ ਪਰਸੋਂ ਸਾਨੂੰ ਚੰਡੀਗੜ੍ਹ ਲੈ ਕੇ ਗਏ ਨਾ, ਮਤਲਬ ਇੰਨਾ ਜ਼ਿਆਦਾ ਸਾਨੂੰ ਮਤਲਬ ਇੱਦਾਂ ਲੱਗਿਆ ਕਿ ਸਾਡੇ 'ਚ ਕੋਈ ਕਮੀ ਨਹੀਂ ਹੈਗੀ, ਅਸੀਂ ਠੀਕ ਆ। ਹੁਣ ਗਏ ਸੀ ਜਦ? ਹਾਂਜੀ, ਤਾਂ ਪਰਸੋਂ ਗਏ ਸੀ। ਹਾਂਜੀ, ਉਹ ਇੰਨੀ ਵਧੀਆ ਰਿਫਰੈਸ਼ਮੈਂਟ ਸੀ ਨਾ ਸਾਡੇ ਲਈ, ਮਤਲਬ ਅਸੀਂ ਕਦੇ ਸੋਚ ਵੀ ਨਹੀਂ ਸੀ ਸਕਦੇ ਵੀ ਅਸੀਂ ਨੋਰਮਲ ਇਨਸਾਨਾਂ 'ਚ ਨੱਚਾਂਗੇ ਗਾਵਾਂਗੇ, ਉੱਥੇ ਆਪਾਂ ਇੰਜੋਏ ਕਰਾਂਗੇ, ਮਤਲਬ ਉਹ ਚੀਜ਼ਾਂ ਜਿਹੜੀਆਂ ਅਸੀਂ ਕਦੇ ਕਮਰੇ 'ਚੋਂ ਬਾਹਰ ਨਿਕਲ ਕੇ ਕਰਨ ਨਾ ਬਾਰੇ ਸੋਚ ਵੀ ਨਹੀਂ ਸੀ ਸਕਦੇ ਕਿ ਅਸੀਂ ਤਾਂ ਸਰ ਸਿਰਫ ਬਾਲੇ ਹੀ ਗਣ ਸਕਦੇ ਸੀਗੇ ਪਏ ਪਏ, ਅਤੇ ਮਤਲਬ ਇਹ ਸੰਸਥਾ ਨੇ ਸਾਨੂੰ ਮਤਲਬ ਇਹਨਾਂ ਨੂੰ ਕੁਛ ਵੀ ਨਹੀਂ ਲੈਣਾ ਸਾਥੋਂ, ਤੁਸੀਂ ਕੁਛ ਵੀ ਨਹੀਂ ਲੈਣਾ ਸਾਥੋਂ, ਫਿਰ ਵੀ ਤੁਸੀਂ ਸਾਡੇ ਇੰਜੋਏਮੈਂਟ ਦਾ ਸਾਡੀ ਲਾਈਫ ਦਾ ਇੰਨਾ ਧਿਆਨ ਰੱਖ ਰਹੇ ਹਾਂ, ਪ੍ਰਮਾਤਮਾ ਤੁਹਾਨੂੰ ਰਾਜ਼ੀ ਰੱਖੇ। ਉਹ ਪਹਿਲਾ ਦਿਨ ਯਾਦ ਹੈ ਤਾਂ ਤੁਸੀਂ ਮਿਲੇ ਸੀ, ਇੱਥੇ ਆਏ ਸੀ, ਪਾਠ ਚੱਲ ਰਿਹਾ ਸੀ ਉਧਰ? ਹਾਂਜੀ, ਇਸ ਸੰਡੇ ਵੀ ਹੈਗਾ। ਅੱਛਾ ਜੀ, ਮੈਂ ਤਾਂ ਵੀਰ ਜੀ ਹਰੇਕ ਸੰਡੇ ਤਿਆਰ ਹੋ ਕੇ ਬੈਠ ਜਾਂਦੀ, ਮੈਨੂੰ ਲੱਗਦਾ ਹਰੇਕ ਸੰਡੇ ਹੁੰਦਾ, ਇਹ ਮੈਨੂੰ ਬੁੱਧੂ ਬਣਾਉਂਦੇ ਆ।